ਹਾਂਜੀ, ਕੀ ਨਾਂ ਆਪਾਂ ਤੁਹਾਡਾ, ਨਾਂ ਹੈ ਕਿਹੜੀ ਪੰਚਾਇਤ ਬਣਦੀ ਹੈ, ਕੀ ਕਹਿਣਾ ਚਾਹੋਗੇ ਵੀ ਪਿੰਡ ਵਾਸੀਆਂ ਨੇ ਜਿਹੜਾ ਸਰਬਸੰਮਤੀ ਨਾਲ ਤੁਹਾਨੂੰ ਸਰਪੰਚ ਚੁਣਿਆ? ਮੇਰਾ ਜੀ ਨਾਂ ਨਿਰਮਲ ਸਿੰਘ, ਪਿੰਡ ਈਨਾਖੇੜਾ ਢਾਣੀ ਸਾਡੇ ਗੁਰੂ ਵਿਆਸ ਪੰਚਾਇਤ ਹੈ ਜੀ। ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਹੈ, ਵੋਟਰਾਂ ਨੇ, ਸਾਡੇ ਭਰਾਵਾਂ ਨੇ, ਚਾਚਿਆਂ ਤਾਇਆਂ ਨੇ, ਛੋਟੇ ਭਰਾਵਾਂ ਨੇ, ਅਤੇ ਅਸੀਂ ਬਹੁਤ ਖੁਸ਼ ਹਾਂ ਅਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਅਤੇ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਅਸੀਂ ਸਾਰੇ ਕੰਮ ਜਿਹੜੇ ਵੀ ਅਧੂਰੇ ਕੰਮ ਆ ਪਹਿਲ ਦੇ ਆਧਾਰ 'ਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈਗਾ ਧੜੇ ਬੰਦੀ ਤੋਂ ਉੱਠ ਕੇ ਜਿਹੜਾ ਹੈਗਾ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਜਿਹੜਾ ਕੰਮ ਕਰਦੇ ਹੋ? ਧੜੇ ਬੰਦੀ ਤਾਂ ਸਾਡੇ ਹੈ ਹੀ ਨਹੀਂ ਜੀ, ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ, ਸ਼ਰੀਕਾ ਹੈ ਸਾਡਾ, ਕੋਈ ਇਹਦੇ ਵਿੱਚ ਧੜੇ ਬੰਦੀ ਵਾਲੀ ਗੱਲ ਨਹੀਂ, ਸਾਰੇ ਰਲ ਮਿਲ ਕੇ ਚੱਲਾਂਗੇ ਅਤੇ ਵਧੀਆ ਵਿਕਾਸ ਕਰਾਵਾਂਗੇ। ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਅਧੂਰੇ ਰਹਿ ਗਏ ਹੋਣੇ? ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਐਂਟਰਲੋਕ ਦਾ ਜੀ, ਜਾਂ ਸਾਡੇ ਕੋਈ ਮਹੱਲਾ ਕਲੀਨਿਕ ਜਿਵੇਂ ਸਰਕਾਰ ਨੇ ਕਿਹਾ ਹੈ ਵੀ ਜਿਹਦੀ ਸਰਬਸੰਮਤੀ ਹੁੰਦੀ ਹੈ, ਜਾਂ ਸਟੇਡੀਅਮ ਦਾਂਗੇ, ਜਾਂ ਮਤਲਬ ਮਹੱਲਾ ਕਲੀਨਿਕ ਜੇ ਸਾਨੂੰ ਦੇਣਗੇ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ। ਅਤੇ ਜਿਹੜੇ ਵੀ ਅਧੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਹੈ, ਚਲੋ ਸਾਡੀ ਪੰਚਾਇਤ ਬਣੀ ਆ ਅਤੇ ਸਾਰੇ ਰਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਅਸੀਂ ਕਰਾਂਗੇ। ਹਾਂਜੀ ਬਾਈ, ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਮਤਲਬ ਜ਼ਿਲ੍ਹੇ ਚੋਂ ਸਭ ਤੋਂ ਪਹਿਲਾਂ ਜਿਹੜੀ ਆ ਸਰਬਸੰਮਤੀ ਨਾਲ ਪੰਚਾਇਤ ਨੂੰ ਆਏ? ਮੈਂ ਗੱਲ ਕਹਿੰਦਾ ਜੀ, ਮੈਂ ਸਾਬਕਾ ਸਰਪੰਚ ਸਾਹਿਬ ਸਿੰਘ ਪਿੰਡ ਈਨਾਖੇੜਾ, ਮੈਂ ਸਾਰੀ ਪਬਲਿਕ ਨੂੰ, ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹੈ ਵੀ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀ ਬਾਜ਼ੀ ਨਾ ਬਣਾਓ, ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸਰਬਸੰਮਤੀ ਕਰੋ, ਇਹਦੇ ਵਿੱਚ ਹੀ ਆਪਣੀ ਭਲਾਈ ਹੈ ਅਤੇ ਨਸ਼ਿਆਂ ਨੂੰ ਜਿਹੜਾ ਕੋੜ ਹੈ ਉਹ ਵੀ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮੁਕਾਈਏ। ਇਹ ਸਾਡੀ ਸਰਕਾਰ ਅੱਗੇ ਬੇਨਤੀ ਹੈ ਵੀ ਜਿਹੜਾ ਤੁਸੀਂ 5 ਲੱਖ ਰੁਪਈਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਿਰ ਦੇਣਾ, ਦੂਜਾ ਢਾਣੀਆਂ ਨੂੰ ਇੰਟਰਲੋਕ ਟੈਲਾਂ ਦੀਆਂ ਖੜਵੰਜੇ ਆ, ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ, ਸਾਡੇ ਕੋਲ ਜਗ੍ਹਾ ਮੌਜੂਦ ਹੈ, ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸਹੂਲਤ ਦਿੱਤੀ ਜਾਵੇ। ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ, ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ 4 ਸਰਪੰਚ ਖੜੇ ਹਾਂ ਸਾਬਕਾ ਅਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ। ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਹਾਂ ਵੀ ਸਰਬਸੰਮਤੀ ਨਾਲ ਦੀ ਰੀਸ ਨਹੀਂ ਗੀ ਅਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਅਤੇ ਨਸ਼ੇ ਪੱਤੇ ਦੇ ਕੋੜ ਨੂੰ ਮੁਕਾਈਏ। ਬਾਬਾ ਜੀ ਕੀ ਨਾਂ ਆਪਣਾ ਅਤੇ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਬਣਾਈ ਹੈ ਕੀ ਕਹਿਣਾ ਚਾਹੁੰਦੇ? ਜਿਹੜੀ ਸਾਡੀ ਹੁਣ ਪੰਚਾਇਤ ਬਣੀ ਹੈ ਢਾਣੀ ਗੁਰੂ ਕੇ ਅਸਲ ਪਿੰਡ ਈਨਾਖੇੜਾ ਬਣੀ ਆ, ਇਹਦੋਂ ਪਹਿਲਾਂ ਮੈਂ ਸਰਪੰਚ ਸਾਂ ਅਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ ਸਰਦਾਰ ਨਿਰਮਲ ਸਿੰਘ, ਸਨਉਪ ਸਰਦਾਰ ਮਹਿੰਦਰ ਸਿੰਘ ਜੀ। ਜਿਹੜੇ ਮੇਥੋਂ ਕੋਈ ਤਰੁੱਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਅਧੂਰੇ ਕੰਮ ਆ ਉਹ ਹੁਣ ਵੀਰ ਜੀ ਹੁਣੀ ਪੂਰੇ ਕਰਨਗੇ। ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਚੱਲੇ ਹੈਗੇ ਆ ਜਿਵੇਂ ਪਹਿਲਾਂ ਵੀ ਤੁਸੀਂ ਮੁੱਦੇ ਉਠਾਏ ਸੀਗੇ? ਅਸੀਂ ਮੁੱਦੇ ਇੱਕ ਤਾਂ ਪਹਿਲ ਤਾਂ ਮੁੱਦਾ ਸਾਡਾ ਭਾਈਚਾਰਾ, ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ। ਕਿੰਨੇ ਵੱਲੋਂ ਮੈਂਬਰ ਜਿਹੜੇ ਸਰਬਸੰਮਤੀ ਨਾਲ? ਸਾਡੇ ਸਰਬਸੰਮਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ। ਜਿਵੇਂ ਅੱਜ ਪੰਜਾਬ ਜੇ ਚੋਣ ਜਿਵੇਂ ਮਤਲਬ ਲਾਗੂ ਹੋਣੇ ਆ ਕੱਲ ਤੋਂ ਜਿਵੇਂ ਕਾਗਜ਼ ਭਰੇ ਜਾਣ, ਪਹਿਲੇ ਜਿਹੜੇ ਤੁਸੀਂ ਸਭ ਤੋਂ ਪਹਿਲਾਂ ਜ਼ਿਲ੍ਹੇ ਤੁਸੀਂ ਬੁਲਾਈ ਹੋ, ਹਾਂਜੀ, ਕੀ ਅੱਗੇ ਮਤਲਬ ਲੋਕਾਂ ਨੂੰ ਕਿਹਾ ਜਾ ਪਿੰਡਾਂ ਦੇ ਵਿੱਚ ਕੀ? ਅਸੀਂ ਲੋਕਾਂ ਨੂੰ ਇਹੋ ਸੇਧ ਦਿੰਦੇ ਹਾਂ ਵੀ ਹਰ ਥਾਂ ਤੇ ਸਰਬਸੰਮਤੀ ਨਾਲ ਚੱਲੋ, ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ ਤੇ ਰਲ ਮਿਲ ਕੇ ਚੱਲੋ, ਭਾਈਚਾਰਾ ਇੱਕੋ ਰੱਖੋ, ਸਾਂਝ ਨਿਭਾਓ।